ਇੱਦਾਂ ਗੱਲ ਨਹੀਂ, ਕੱਲ ਨੂੰ ਸ਼ਾਮ ਤੱਕ ਲਿਸਟ ਆ ਜਾਏਗੀ, ਫਾਈਨਲ ਲਿਸਟ ਆ ਜਾਏਗੀ, ਅਪਲੋਡ ਹੋ ਜਾਏਗੀ। ਉਸ ਤੋਂ ਬਾਅਦ ਉਹਨਾਂ ਨੇ ਦੇਖਣਾ ਵੀ ਕਿਸ ਤਰ੍ਹਾਂ ਅਸੀਂ ਦੋ ਦਿਨਾਂ ਦੇ ਵਿੱਚ, ਮਤਲਬ ਕਹਿਣ ਦਾ ਵੀ ਕੱਲ ਨੂੰ ਤੁਹਾਨੂੰ ਇੱਕ ਸੰਤੁਸ਼ਟੀ ਮਿਲ ਜਾਏਗੀ। ਰਹੀ ਗੱਲ 2364 ਵੀ ਪੂਰੀ ਹੋਏਗੀ, ਪੂਰੀ ਮਤਲਬ ਅਸੀਂ ਹੋਪਫੁੱਲ ਆ ਵੀ ਹੋ ਜਾਣੀ ਆ ਉਹ, ਕਿਉਂਕਿ ਸਰਕਾਰ ਦੀ ਮੰਸ਼ਾ ਬੜੀ ਸਾਫ਼ ਹੈ, ਉਹ ਸਰਕਾਰ ਦੀ ਮੰਸ਼ਾ, ਇਹਦੇ ਵਿੱਚ ਕੋਈ ਗਲਤ ਨਹੀਂ ਗੀ, ਨਾ ਹੀ ਕਿਉਂਕਿ ਜਦੋਂ ਸਰਕਾਰ ਦੀ ਪੌੜੀਆਂ ਹਮੇਸ਼ਾ ਉੱਪਰੋਂ ਸਾਫ਼ ਹੁੰਦੀਆਂ ਹੁੰਦੀਆਂ, ਥੱਲਿਓਂ ਨਹੀਂ। ਜੇਕਰ ਥੱਲੇ ਵਾਲੀ ਪੌੜੀ ਸਾਫ਼ ਕਰਾਂਗੇ ਮੀਨਜ ਕਲਰਕ, ਮੀਨਜ ਉੱਪਰ ਸੀਨੀਅਰ ਕਲਰਕ ਜਾਂ ਹੋਰ ਅਸੀਂ, ਉਹ ਨਹੀਂ ਗੱਲ ਬਣਦੀ ਗੀ, ਗੱਲ ਬਣਦੀ ਉੱਪਰੋਂ। ਉੱਪਰੋਂ ਜਦੋਂ ਤੁਸੀਂ ਅੱਜ ਦੀਆਂ ਕਾਰਵਾਈਆਂ ਦੇਖ ਹੀ ਲਈਆਂ ਸੀ ਐਮ ਸਾਹਿਬ ਦੀਆਂ, ਉੱਪਰੋਂ ਜਦੋਂ ਸਖਤਾਈ ਹੈ ਤਾਂ ਸਾਰਾ ਕੁਛ ਸਹੀ ਸਿਸਟਮੈਟੀਕਲ ਚੱਲੀ ਜਾਂਦਾ, ਬੜਾ ਵਧੀਆ ਕੰਮ ਹੋ ਰਿਹਾ। ਧੰਨਵਾਦ ਕਰਦੇ ਹਾਂ ਅਸੀਂ ਕਿ ਨਵੀਂ ਸਰਕਾਰ ਦੇ ਵਿੱਚ ਜਿਹੜਾ ਹੈਗਾ ਸਾਨੂੰ 2 ਮਹੀਨਿਆਂ ਦੇ ਵਿੱਚ ਹੀ ਫਲ ਜਿਹੜਾ ਵਧੀਆ ਮਿਲਣ ਲੱਗ ਪਿਆ, ਅਸੀਂ ਬੜੇ ਖੁਸ਼ ਹੈ। ਅਤੇ 2364 ਦੀ ਵੀ ਪੂਰੀ ਉਮੀਦ ਹੈ, ਅਤੇ ਨਾਲ ਜਿਹੜਾ ਹੈਗਾ ਆਪਣਾ 6994 ਵੀ ਆ ਜਾਣੀ ਹੈ। ਮੈਨੂੰ ਉਮੀਦ ਹੈ ਵੀ ਸਾਰੇ ਹੀ ਬੱਚੇ